ਕੁਮਾਰ ਦਾ ਨਾਮ ਦਾ ਵਿਅਕਤੀ ਜੀ, ਉਮਰ 50 ਸਾਲੇ ਦੀ। ਇਹ ਅੱਜ ਤੋਂ ਕਰੀਬ 2.5 ਸਾਲ ਪਹਿਲਾਂ ਕੋਰਟ ਕੰਪਲੈਕਸ ਦੇ ਵਿੱਚ ਕੰਮ ਕਰਦਾ ਸੀਗਾ। ਫੂਡ ਸਟੇਟ ਦਾ ਤਾਂ ਆਪਣਾ ਕੰਮ ਸੀਗਾ, ਵਧੀਆ ਕੰਮ ਸੀਗਾ, ਪੜ੍ਹਿਆ ਲਿਖਿਆ ਆਦਮੀ ਹੈ। ਉਹ ਕੋਵਿਡ ਦੌਰਾਨ ਇਹਦਾ ਕੰਮ ਬੰਦ ਹੋ ਗਿਆ, ਫਿਰ ਪਰ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਰਹਿਣ ਲੱਗ ਗਿਆ। ਪੜ੍ਹਿਆ ਲਿਖਿਆ ਬੰਦਾ ਸੀ ਕਿ ਫੈਕਟਰੀ ਦੇ ਵਿੱਚ ਲੇਬਰ ਜੋਬ ਕਰਨ ਲੱਗ ਗਿਆ 10,000 ਰੁਪਏ ਦੇ। ਇਸੇ ਚੀਜ਼ ਦੀ ਉਹਨੂੰ ਪਰੇਸ਼ਾਨੀ ਸੀ ਕਿ ਮੈਂ ਪੜ੍ਹਿਆ ਲਿਖਿਆ ਬੰਦਾ, ਮੈਨੂੰ ਉਹੋ ਜਿਹਾ ਕੰਮ ਨਹੀਂ ਲੱਭ ਰਿਹਾ। ਅਤੇ ਰਾਤ ਉਹਦੇ ਘਰ ਦੇ ਕਹਿੰਦੇ ਰੋਟੀ ਪਾਣੀ ਖਾ ਕੇ ਕੰਮ ਤੋਂ ਆ ਕੇ ਆਰਾਮ ਨਾਲ ਸੁੱਤਾ ਜੀ। ਸਵੇਰੇ 4:30 ਦੇ ਕਰੀਬ ਉਹਦੀ ਵਾਈਫ ਨੇ ਦੇਖਿਆ ਰੂਮ ਵਿੱਚ ਹੈਗਾ ਨਹੀਂ ਆ, ਪਾਸ ਕਿਚਨ 'ਚ ਜਾ ਕੇ ਉਹਨੇ ਦੇਖਿਆ ਕਿ ਉਹਦੀ ਜਿਹੜੀ ਹੈਗੀ ਆ ਬੋਡੀ ਉੱਥੇ ਕਿਚਨ ਦੇ ਵਿੱਚ ਪਈ ਆ, ਅਤੇ ਪਾਸ ਖੂਨ ਖਿਲ ਰਿਹਾ ਹੋਇਆ ਸੀਗਾ। ਉਹ ਉਹਨੇ ਬੰਦੇ ਨੇ ਆਪਣੀ ਸਬਜ਼ੀ ਕੱਟਣ ਵਾਲੀ ਕਰਦ ਨਾਲ ਆਪਣੇ ਜਿਹੜਾ ਹੈਗਾ ਗਲੇ ਨੂੰ ਕੱਟ ਲਿਆ ਜੀ, ਅਤੇ ਜਿਹਦੇ ਸੰਬੰਧੀ ਹੁਣ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ। ਬੋਡੀ ਕਿੱਥੇ ਸਿਵਲ ਲੈ ਗਈ? ਬੋਡੀ ਸਿਵਲ ਭੇਜਤੀ ਹੈ ਜੀ। ਪੈਸਿਆਂ ਦੇ ਕਰਕੇ ਕਿਉਂਕਿ ਡਿਪਰੈਸ਼ਨ 'ਚ ਸੀਗਾ ਵੀ ਕੰਮ ਨੂੰ ਉਹਦੇ ਮਨਪਸੰਦ ਦਾ ਕੰਮ ਨਹੀਂ ਸੀ ਮਿਲ ਰਿਹਾ, ਯਾਨੀ ਕਿ ਨਹੀਂ ਉਹਦੇ ਘਰਦਿਆਂ ਨੂੰ ਕਿਸੇ 'ਤੇ ਕੋਈ ਸ਼ੱਕ ਸ਼ੁਭਾ ਨਹੀਂ। ਬਾਕੀ ਅੱਗੇ 74 ਦੀ ਕਾਰਵਾਈ ਕਰਕੇ ਕਰ ਰਹੇ ਹਾਂ ਜੀ। ਹਾਂਜੀ ਚੱਲ ਰਹੀ ਚੱਲ ਰਹੀ।